UAE ਯਾਨੀ ਸੰਯੁਕਤ ਅਰਬ ਅਮੀਰਾਤ ਨੇ ਪਿਛਲੇ ਮਹੀਨੇ ਆਪਣੀ ਵੀਜ਼ਾ ਨੀਤੀ ਦੇ ਵਿੱਚ ਜੋ ਬਦਲਾਅ ਕੀਤੇ ਸਨ ਉਹ 3 ਅਕਤੂਬਰ ਤੋਂ ਲਾਗੂ ਹੋ ਗਏ ਨੇ। ਦੇਸ਼ ਦੀ ਇਮੀਗ੍ਰੇਸ਼ਨ ਨੀਤੀ 'ਚ ਬਦਲਾਅ ਤਹਿਤ ਸੈਲਾਨੀਆਂ ਲਈ ਲੰਬੇ ਸਮੇਂ ਦੇ ਵੀਜ਼ੇ ਅਤੇ ਕੰਮ ਕਾਜ ਵਾਲੇ ਲੋਕਾਂ ਲਈ ਲੰਬੇ ਸਮੇਂ ਤੱਕ ਰਹਿਣ ਦੀ ਸੁਵਿਧਾ ਦਿੱਤੀ ਗਈ ਹੈ। ਉੱਦਮੀਆਂ, ਨਿਵੇਸ਼ਕਾਂ ਅਤੇ ਪੇਸ਼ੇਵਰਾਂ ਲਈ ਨਵੀਂ 10 ਸਾਲਾ ਗੋਲਡਨ ਵੀਜ਼ਾ ਸਕੀਮ ਲਾਗੂ ਕਰ ਦਿੱਤੀ ਗਈ ਹੈ। ਭਾਰਤ ਲਈ UAE ਦੇ ਇਹਨਾਂ ਬਦਲੇ ਹੋਏ ਨਿਯਮਾਂ ਦੀ ਕਾਫ਼ੀ ਅਹਿਮੀਅਤ ਵੀ ਹੈ ਕਿਉਂਕਿ ਵੱਡੀ ਤਾਦਾਦ ਵਿੱਚ ਭਾਰਤੀ ਪੇਸ਼ੇਵਰ ਅਤੇ ਮਜ਼ਦੂਰ ਉੱਥੇ ਕੰਮ ਕਰਦੇ ਨੇ। UAE ਵਿੱਚ 34 ਲੱਖ ਤੋਂ ਜ਼ਿਆਦਾ ਭਾਰਤੀ ਨੇ। ਇਹਨਾਂ ਵਿੱਚ ਸਭ ਤੋਂ ਵੱਧ ਗਿਣਤੀ ਕੇਰਲ ਦੇ ਲੋਕਾਂ ਦੀ ਹੈ ਜੋ ਉੱਥੇ ਰੁਜ਼ਗਾਰ ਅਤੇ ਬਿਜ਼ਨਸ ਦੇ ਲਈ ਜਾਂਦੇ ਨੇ। UAE ਦੇ ਵਿੱਚ ਰਹਿੰਦੇ ਭਾਰਤੀ ਲੋਕ ਉੱਥੋਂ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਨੇ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ UAE ਦਾ ਭਾਰਤ ਵਿੱਚ 1.70 ਤੋਂ $1.80 billion ਦਾ ਨਿਵੇਸ਼ ਹੈ। UAE ਸਰਕਾਰ ਮੁਤਾਬਕ ਦੇਸ਼ ਵਿੱਚ ਜ਼ਿਆਦਾ ਨਿਵੇਸ਼ਕਾਂ, ਸੈਰ ਸਪਾਟਾ ਅਤੇ ਪੇਸ਼ੇਵਰਾਂ ਨੂੰ ਆਪਣੇ ਵੱਲ ਖਿੱਚਣ ਲਈ ਨਵੀਂ ਪਾਲਿਸੀ ਲਿਆਂਦੀ ਗਈ ਹੈ। ਆਖਿਰ ਇਸ ਨਵੀਂ ਵੀਜ਼ਾ ਪਾਲਿਸੀ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਅਤੇ ਇਸ ਨਾਲ UAE ਤੇ ਭਾਰਤੀਆਂ ਨੂੰ ਕੀ ਲਾਭ ਹੋਵੇਗਾ, ਆਓ ਜਾਣੀਏ। ਗ੍ਰੀਨ ਵੀਜ਼ਾ ਦੇ ਆਧਾਰ ਤੇ ਪ੍ਰਵਾਸੀ 5 ਸਾਲ ਤੱਕ UAE ਦੇ ਵਿੱਚ ਰਹਿ ਸਕਦੇ ਨੇ। ਇਸ ਵੀਜ਼ੇ ਨੂੰ ਰਿਨਿਊ ਵੀ ਕਰਵਾਇਆ ਜਾ ਸਕਦਾ ਹੈ। ਇਹ ਇੱਕ ਸੈਲਫ ਸਪੌਂਸਰਡ ਵੀਜ਼ਾ ਹੋਵੇਗਾ ਯਾਨੀ ਇਸ ਦੇ ਲਈ UAE ਦੇ ਨਾਗਰਿਕ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਮੁਲਕ ਆਉਣ ਵਾਲੇ ਲੋਕਾਂ ਦਾ ਵੀਜ਼ਾ ਸਪੌਂਸਰ ਕਰਨ ਦੀ ਲੋੜ ਨਹੀਂ ਹੋਵੇਗੀ। ਫ੍ਰੀਲਾਂਸਰ, ਸਵੈ ਰੁਜ਼ਗਾਰ, ਹੁਨਰਮੰਦ ਕਾਮੇ, ਨਿਵੇਸ਼ਕ ਜਾਂ ਫਿਰ ਉਹਨਾਂ ਦੇ ਭਾਈਵਾਲ ਇਸ ਵੀਜ਼ੇ ਦੇ ਹੱਕਦਾਰ ਹੋਣਗੇ। ਇਹ ਲੋਕ ਆਪਣੀ ਪਤਨੀ ਜਾਂ ਪਤੀ, ਬੱਚਿਆਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਆਪਣੇ ਨਾਲ ਰੱਖ ਸਕਣਗੇ। UAE ਦੇ ਵਿੱਚ ਆਪਣੇ ਬੱਚਿਆਂ ਨੂੰ 25 ਸਾਲ ਦੀ ਉਮਰ ਤੱਕ ਰੱਖ ਸਕਣਗੇ। ਪਹਿਲਾਂ ਇਹ ਉਮਰ 18 ਸਾਲ ਤੱਕ ਦੀ ਸੀ। ਇਹ ਉਮਰ ਸੀਮਾ ਅਣਵਿਆਹੀ ਧੀ ਜਾਂ ਅਪਾਹਜ ਬੱਚਿਆਂ ਦੇ ਮਾਮਲੇ ਵਿੱਚ ਲਾਗੂ ਨਹੀਂ ਹੁੰਦੀ। ਗ੍ਰੀਨ ਕਾਰਡ ਧਾਰਕ ਨੂੰ ਰਿਹਾਇਸ਼ ਦੀ ਮਿਆਦ ਦੇ ਖਤਮ ਹੋਣ ਤੇ 6 ਮਹੀਨੇ ਦਾ ਗ੍ਰੇਸ ਪੀਰੀਅਡ ਮਿਲ ਸਕੇਗਾ। 10 ਸਾਲ ਦਾ ਗੋਲਡਨ ਵੀਜ਼ਾ। ਗੋਲਡਨ ਵੀਜ਼ਾ UAE ਵਿੱਚ ਨਿਵੇਸ਼ ਕਰਨ ਵਾਲੇ ਵਿਦੇਸ਼ੀ ਉੱਦਮੀਆਂ, ਖੋਜਕਰਤਾਵਾਂ, ਮੈਡੀਕਲ ਪੇਸ਼ੇਵਰਾਂ, ਵਿਗਿਆਨ ਅਤੇ ਸੰਬੰਧਿਤ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਾਹਰਾਂ ਅਤੇ ਉੱਚ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਗ੍ਰੈਜੂਏਟਸ ਨੂੰ ਦਿੱਤਾ ਜਾਂਦਾ ਹੈ। UAE ਦੇ ਵਿੱਚ ਵਧੀਆ ਪ੍ਰਤਿਭਾ ਨੂੰ ਆਪਣੇ ਵੱਲ ਖਿੱਚਣ ਲਈ ਗੋਲਡਨ ਵੀਜ਼ਾ ਸਕੀਮ 2020 ਦੇ ਵਿੱਚ ਲਾਗੂ ਕੀਤੀ ਗਈ ਸੀ। ਇਸ ਵਿੱਚ ਵੀ ਕੁਝ ਬਦਲਾਅ ਕੀਤੇ ਗਏ ਨੇ। ਗੋਲਡਨ ਵੀਜ਼ਾ ਸਕੀਮ ਤਹਿਤ ਦਿੱਤੇ ਗਏ ਵੀਜ਼ੇ ਦੀ ਮਿਆਦ 10 ਸਾਲ ਤੱਕ ਹੋਵੇਗੀ। ਗੋਲਡਨ ਵੀਜ਼ਾ ਧਾਰਕਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਇਸ ਵਿੱਚ ਉਹਨਾਂ ਕੋਲ ਆਪਣੇ ਕਾਰੋਬਾਰ ਦੀ 100% ਮਾਲਕੀਅਤ ਹੋਵੇਗੀ। ਇਸ ਤੋਂ ਪਹਿਲਾਂ 6 ਮਹੀਨਿਆਂ ਲਈ ਦੇਸ਼ ਤੋਂ ਬਾਹਰ ਰਹਿਣ ਵਾਲੇ ਲੋਕਾਂ ਦਾ ਉੱਥੇ ਰਹਿਣ ਦਾ ਅਧਿਕਾਰ ਖਤਮ ਕਰ ਦਿੱਤਾ ਜਾਂਦਾ ਸੀ, ਪਰ 10 ਸਾਲਾਂ ਗੋਲਡਨ ਵੀਜ਼ਾ ਸਕੀਮ ਵਿੱਚ ਇਸ ਪਾਬੰਦੀ ਨੂੰ ਖਤਮ ਕਰ ਦਿੱਤਾ ਗਿਆ। ਇਸ ਸਕੀਮ ਤਹਿਤ ਪ੍ਰਵਾਸੀਆਂ ਦੇ ਘਰੇਲੂ ਸਹਾਇਕਾਂ ਦੀ ਗਿਣਤੀ ਤੇ ਲੱਗੀ ਸੀਮਾ ਨੂੰ ਹਟਾ ਦਿੱਤਾ ਗਿਆ। ਨਵੀਂ ਸਕੀਮ ਤਹਿਤ ਗੋਲਡਨ ਵੀਜ਼ਾ ਧਾਰਕ ਆਪਣੇ ਜੀਵਨ ਸਾਥੀ ਅਤੇ ਕਿਸੇ ਵੀ ਉਮਰ ਦੇ ਬੱਚਿਆਂ ਨੂੰ ਸਪੌਂਸਰ ਕਰ ਸਕਦੇ ਨੇ। ਜੇ ਗੋਲਡਨ ਵੀਜ਼ਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਵੀਜ਼ਾ ਦੀ ਮਿਆਦ ਪੂਰੀ ਹੋਣ ਤੱਕ ਉਸਦੇ ਪਰਿਵਾਰਕ ਮੈਂਬਰ ਉੱਥੇ ਰਹਿ ਸਕਦੇ ਨੇ। ਗੋਲਡਨ ਵੀਜ਼ਾ ਤਹਿਤ ਸਾਇੰਸ ਇੰਜੀਨੀਅਰਿੰਗ, ਮੈਡੀਸਿਨ, IT, ਵਪਾਰ, ਪ੍ਰਸ਼ਾਸਨ ਅਤੇ ਸਿੱਖਿਆ ਨਾਲ ਸੰਬੰਧਿਤ ਹੁਨਰਮੰਦ ਪੇਸ਼ੇਵਰਾਂ ਨੂੰ UAE ਦੇ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪਹਿਲਾਂ ਅਜਿਹੇ ਪੇਸ਼ੇਵਰਾਂ ਨੂੰ ਉੱਥੇ ਰਹਿਣ ਲਈ 50,000 AED ਯਾਨੀ ਕਿ ਦਿਰਹਾਮ ਤੋਂ ਵੱਧ ਯਾਨੀ ਲਗਭਗ 11 ਲੱਖ ਰੁਪਏ ਹਰ ਮਹੀਨੇ ਕਮਾਉਣੇ ਪੈਂਦੇ ਸਨ, ਪਰ ਹੁਣ ਇਸ ਨੂੰ ਘਟਾ ਕੇ 30,000 ਦਿਰਹਾਮ ਯਾਨੀ 6.6 ਲੱਖ ਰੁਪਏ ਕਰ ਦਿੱਤਾ ਗਿਆ। ਸੈਲਾਨੀਆਂ ਅਤੇ ਹੋਰਨਾਂ ਲੋਕਾਂ ਲਈ ਵੀਜ਼ਾ ਪਾਲਿਸੀ। ਟੂਰਿਸਟ ਵੀਜ਼ੇ ਤੇ UAE ਜਾਣ ਵਾਲੇ ਲੋਕ ਉੱਥੇ 60 ਦਿਨ ਤੱਕ ਹੋਰ ਰਹਿ ਸਕਦੇ ਨੇ। ਪਹਿਲਾਂ ਇਹ ਮਿਆਦ 30 ਦਿਨ ਦੀ ਸੀ। ਇਸ ਤੋਂ ਇਲਾਵਾ ਇੱਕ ਫਲੈਕਸੀਬਲ ਮਲਟੀ ਐਂਟਰੀ ਟੂਰਿਸਟ ਵੀਜ਼ਾ ਵੀ ਸ਼ੁਰੂ ਕਰ ਦਿੱਤਾ ਗਿਆ ਜਿਸ ਵਿੱਚ ਸੈਲਾਨੀ 90 ਦਿਨਾਂ ਤੱਕ ਉੱਥੇ ਰਹਿ ਸਕਦਾ ਹੈ ਅਤੇ ਇਸ ਦੌਰਾਨ ਕਈ ਵਾਰ ਆ ਜਾ ਵੀ ਸਕਦਾ ਹੈ। UAE ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਆਉਂਦੇ ਨੇ
ਯੂਏਈ ਦਾ ਦੁਬਈ ਸ਼ਹਿਰ ਇੱਕ ਵੱਡੀ ਅੰਤਰਰਾਸ਼ਟਰੀ ਖਰੀਦਦਾਰੀ ਵਾਲੀ ਜਗ੍ਹਾ ਹੈ।